ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਜਿਹੜੇ ਵਿਦਿਆਰਥੀ ਆਪਣੀ ਡਿਗਰੀ ਰੀਪੇਅਰ ਜਾਂ ਕਿਸੇ ਵਿਸ਼ੇ ਵਿੱਚੋਂ ਫੇਲ ਹੋਣ ਕਾਰਨ ਪੂਰੀ ਨਹੀਂ ਕਰ ਸਕੇ ਜਾਂ ਆਪਣੇ ਨੰਬਰ ਡਿਵੀਜ਼ਨ ਵਿੱਚ ਸੋਧ ਕਰਨਾ ਚਾਹੁੰਦੇ ਹਨ ਮਤਲਬ ਕਿ ਆਪਣੇ ਨੰਬਰ ਵਧਾਉਣਾ ਚਾਹੁੰਦੇ ਹਨ ਅਤੇ ਉਹਨਾਂ ਦੀ ਸਮਾਂ ਸੀਮਾ ਖਤਮ ਹੋ ਚੁੱਕੀ ਹੈ ਉਨ੍ਹਾਂ ਨੂੰ ਯੂਨੀਵਰਸਿਟੀ ਵੱਲੋਂ ਇੱਕ ਸੁਨਹਿਰੀ ਮੌਕਾ 골ਡਨ ਚਾਂਸ ਮਾਰਚ 2023 ਦੌਰਾਨ ਦਿੱਤਾ ਜਾ ਰਿਹਾ ਹੈ ਇਸ 골ਡਨ ਚਾਂਸ ਦੀ ਫੀਸ 50000 ਰੁਪਏ ਅਤੇ ਨਾਲ ਪ੍ਰੀਖਿਆ ਫੀਸ ਤੇ ਫਾਰਮ ਦੀ ਫੀਸ ਲੱਗੇਗੀ ਇਹ 골ਡਨ ਚਾਂਸ ਵਿੱਚ ਵਿਦਿਆਰਥੀ ਇੱਕ ਕੋਰਸ ਦੇ ਬਾਅਦ ਤੋਂ ਬਾਅਦ ਦੋ ਵਿਸ਼ਿਆਂ ਦੇ ਪੇਪਰ ਹੀ ਦੇ ਸਕਦਾ ਹੈ ਇਸ ਤੋਂ ਇਲਾਵਾ ਜਿਹੜੇ ਵਿਦਿਆਰਥੀ EVS ਜਾਂ Drug Views ਦਾ ਪੇਪਰ ਪਾਸ ਨਾ ਹੋਣ ਕਾਰਨ ਆਪਣੀ ਡਿਗਰੀ ਪੂਰੀ ਨਹੀਂ ਕਰ ਸਕੇ ਉਹਨਾਂ ਨੂੰ ਵੀ ਆਪਣਾ ਪੇਪਰ ਪਾਸ ਕਰਨ ਲਈ 골ਡਨ ਚਾਂਸ ਦਿੱਤਾ ਗਿਆ ਹੈ ਈਵੀਐਸ ਅਤੇ ਡਰੱਗ ਵਿਊਜ਼ ਦੇ 골ਡਨ ਚਾਂਸ ਦੀ ਫੀਸ 2800 ਰੁਪਏ ਪਲੱਸ ਪ੍ਰੀਖਿਆ ਫੀਸ ਪਲੱਸ ਫਾਰਮ ਦੀ ਫੀਸ ਭਰਨੀ ਪਵੇਗੀ ਇਹ ਮੌਕਾ ਕੇਵਲ ਉਹਨਾਂ ਵਿਦਿਆਰਥੀਆਂ ਲਈ ਹੈ ਜਿਨ੍ਹਾਂ ਦੇ ਸਾਰੇ ਮੌਕੇ ਖਤਮ ਹੋ ਚੁੱਕੇ ਹਨ ਪੇਪਰ ਮੌਜੂਦਾ ਸਿਲੇਬਸ ਅਨਸਾਰ ਹੋਵੇਗਾ ਇਹ ਫਾਰਮ ਭਰਨ ਦੀ ਆਖਰੀ ਮਿਤੀ 18 ਫਰਵਰੀ 2023 ਹੈ। ਇਹ ਫਾਰਮ ਆਨਲਾਈਨ ਭਰਨੇ ਸ਼ੁਰੂ ਹੋ ਚੁੱਕੇ ਹਨ ਜਿਸ ਦਾ ਲਿੰਕ ਅਸੀਂ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਿੱਤਾ ਹੈ। ਤੁਸੀਂ ਲਿੰਕ ਤੇ ਜਾ ਕੇ ਆਪਣਾ ਫਾਰਮ ਅਤੇ ਫੀਸ ਭਰ ਸਕਦੇ ਹੋ। ਪੰਜਾਬੀ ਯੂਨੀਵਰਸਿਟੀ ਦੀ ਹੋਰ ਅਪਡੇਟ ਲੈਣ ਲਈ ਸਾਡੇ ਚੈਨਲ ਤੇ ਬਨੇ ਰਹੋ। ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ। ਧੰਨਵਾਦ।